ਅਤੇ ਜੋ ਕਿ ਪਿਛਲੇ ਕੁਛ ਦਿਨਾਂ ਤੋਂ ਗੈਂਗਸਟਰਾਂ ਦੀ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਮੇਰਾ ਨਾਂ ਗੁਰਚਰਨ ਸਿੰਘ ਦੇ ਨਾਂ 'ਤੇ ਆਇਆ ਹੋਇਆ, ਜੋ ਕਿ ਮੈਂ ਪਹਿਲਾਂ ਜੋ ਮੇਰੇ 'ਤੇ ਪਰਚੇ ਹੋਏ ਸੀ ਜਾਂ ਕੁਛ ਵੀ ਹੋਇਆ ਸੀਗਾ, ਹੁਣ ਇਸ ਟਾਈਮ ਮੈਂ ਇਹੋ ਜਿਹੇ ਕਿਸੇ ਕੰਮ ਦੇ ਨਾਲ ਕੋਈ ਵਾਕਫ ਨਹੀਂ, ਕਿਸੇ ਵੀ ਬੰਦੇ ਨਾਲ ਕੋਈ ਲੈਣਾ ਦੇਣ ਨਹੀਂ। ਮੈਨੂੰ ਇਸ ਗੱਲ ਦਾ ਡਰ ਆ ਵੀ ਪੁਲਿਸ ਕਿਸੇ ਤਰ੍ਹਾਂ ਦਾ ਮੇਰੇ 'ਤੇ ਝੂਠਾ ਪਰਚਾ ਜਾਂ ਮੇਰਾ ਕੋਈ ਝੂਠਾ ਇਨਕਾਊਂਟਰ ਜਾਂ ਕੋਈ ਪਾਊਡਰ ਜਾਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਮੇਰੇ 'ਤੇ ਪਾ ਕੇ ਮੈਨੂੰ ਜੇਲ੍ਹ 'ਚ ਭੇਜੇ ਨਾ, ਅਤੇ ਜੋ ਵੀ ਮੇਰੇ 'ਤੇ ਕੋਈ ਕੇਸ ਚੱਲਦੇ ਨੇ ਜੋ ਪੁਰਾਣੇ ਕੇਸ ਹੈ ਮੈਂ ਉਹਨਾਂ ਦੀਆਂ ਰੈਗੂਲਰ ਤਰੀਕਾਂ 'ਤੇ ਜਾ ਰਿਹਾ, ਸਾਰੇ ਹੀ ਕੇਸ ਮੇਰੇ ਬੇਲ 'ਤੇ ਨੇ, ਮੈਂ ਬੇਲ 'ਤੇ ਹਾਂ ਅਤੇ ਕਿਸੇ ਵੀ ਤਰ੍ਹਾਂ ਮੈਂ ਸਰਕਾਰ ਤੋਂ ਬਾਹਰ ਨਹੀਂ ਗਾ। ਜਦੋਂ ਵੀ ਮੈਨੂੰ ਕੋਈ ਬੁਲਾਊਗਾ, ਕੋਈ ਵੀ ਅਫਸਰ ਬੁਲਾਉਂਦਾ, ਤਾਂ ਮੈਂ ਉੱਥੇ ਹਾਜ਼ਰ ਹੋਊਂਗਾ।